ਮਨ ਸਾਰਿਆਂ ਨੂੰ, ਸਵੇਰ ਹੋ ਚੁੱਕੀ ਆ, ਸਵੇਰ ਦੇ ਵੱਜ ਕੇ 9, ਉੱਠ ਕੇ ਹੁਣ ਆਪਾਂ ਚਾਹ ਪੀਣ ਲੱਗੇ ਆ। ਮੈਨੂੰ ਤਾਂ ਬੁਖਾਰ ਹੋ ਗਿਆ ਪਾਪਾ ਨੂੰ, ਮੈਨੂੰ ਤਾਂ ਬੁਖਾਰ ਹੋ ਗਿਆ ਬੜਾ ਜ਼ਬਰਦਸਤ। ਕੱਲ ਮੀਂਹ ਪਿਆ ਤੋਂ ਬੱਦਲ ਰਿਹਾ ਰਿਹਾ, ਧੁੱਪ ਚੱਲ ਗਈ ਪੂਰੀ, ਅੱਜ ਬਣੀਆਂ ਫੁਲਬੜੀਆਂ, ਚਾਹ ਦੇ ਫੁੱਲ ਵੀ ਪਾ ਕੇ ਮਿਲਦੇ, ਖਾ ਕੇ ਮਿਲਦੇ ਅੱਗੇ ਜੁੜੇ ਰਹੇ ਇਸ ਵਲੋਗ ਦੇ ਨਾਲ। ਸੰਦੀ ਹੈ ਨਹੀਂ ਕੁਛ ਖਾਣ ਨੂੰ ਫੁੱਲ ਹੋ ਗਏ ਗਾਇਸ, ਤੇ ਹੁਣ ਦੁਪਹਿਰ ਹੋ ਚੁੱਕੀ ਆ, ਦੁਪਹਿਰ ਦੀ ਰੋਟੀ ਬਣ ਕੇ, ਰੋਟੀ ਰੈਡੀ ਹੋ ਕੇ ਆ ਚੁੱਕੀ ਹੈਗੀ, ਨਾਲ ਰਾਤ ਦੀ ਵਾਲੀ ਛੋਲੇ ਸਬਜ਼ੀ ਨਾਲ ਰੋਟੀਆਂ। ਮੈਨੂੰ ਜ਼ੁਕਾਮ ਹੋ ਗਿਆ ਹੋਰ ਜ਼ਿਆਦਾ, ਸਗੋਂ ਜ਼ੁਕਾਮ ਵੱਧ ਗਿਆ, ਅਤੇ ਪਾਪਾ ਦਵਾਈ ਲੈਣ ਗਏ ਹੁਣ, ਤੇ ਚਲੋ ਮਿਲਦਾ ਅੱਗੇ। ਤੇ ਪਾਪਾ ਆ ਚੁੱਕੇ ਸੀ, ਦਵਾਈ ਲੈ ਕੇ, ਮੈਂ ਦਵਾਈ ਖਾ ਰਹੀ ਸੀ, ਤਾਂ ਮੈਂ ਰੈਸਟ ਕਰ ਉੱਠਿਆ ਰਿਹਾ। ਮੰਮਾ ਸਫਾਈ ਕਰਨ ਦੇ ਬਾਹਰ ਦੀ, ਮੰਮਾ ਨੇ ਅਜਿਹਾ ਟਾਇਲਾਂ ਸਾਫ਼ ਕੀਤੀਆਂ, ਸਾਈਕਲ ਧੋਤਾ ਮੰਮਾ ਨੇ ਆਪ ਹੀ, ਹੁਣ ਮੰਮਾ ਨੇ ਸਫਾਈ ਸਫੂਈ ਕਰਕੇ ਆ ਗਏ ਨੇ। ਹਾਂਜੀ ਗਾਏ ਕਾਫੀ, ਮੈਨੂੰ ਜੋ ਲੱਭ ਜੇ ਮੈਂ ਉਹੀਓ ਬੰਨ ਲੈਂਦੀ ਹੁੰਦੀ ਹਾਂ। ਇੱਧਰ ਮੰਮਾ ਨੇ ਰੋਟੀ ਖਾਣ ਦੇ ਨੇ ਖੜੇ ਖੜੇ, ਆਪਣਾ ਤਾਂ ਬੜੀ ਰੋਟੀ ਖਾਣ ਦੇ ਭੁੱਖ ਲੱਗੀ। ਸਵੇਰ ਦੀ ਮੰਮਾ ਨੇ ਚਾਹ ਪੀਤੀ, ਤੇ ਚਾਹ ਬਣਦੀ ਆ ਮੇਰੇ ਵਾਸਤੇ ਦੁੱਧ, ਕਿਉਂਕਿ ਮੈਂ ਚਾਹ ਨਹੀਂ ਪੀਂਦਾ ਯਾਰ। ਆਰਾਮ ਨਾਲ ਬਹਿ ਕੇ ਖਾ ਲਿਓ, ਇੱਕ ਦੋ ਖਾਣਾ, ਇੱਕ ਦੋ ਉੱਪਰ ਜਾ ਕੇ ਖਾਊਂਗੀ, ਭੁੱਖੀ ਬੜੀ ਲੱਗਣ ਡਈ। ਸਵੇਰ ਦੀ ਰੋਟੀ ਨਹੀਂ ਖਾਧੀ, 4 ਵਜ ਗਏ ਹੁਣ ਮੇਰੇ ਖਿਆਲ ਨਾਲ, ਵੱਜ ਗਏ 4, ਸਹੀ ਗੈਸ ਕੀਤਾ ਪੂਰੇ 4 ਵਜੇ। ਆ ਜਿਹੜਾ ਮੌਸਮ ਕਰਾਰੀ ਧੁੱਪ ਲੱਗੀ ਆ, ਹੁਣ ਮੇਰਾ ਥੋੜ੍ਹਾ ਬੁਖਾਰ ਵੀ ਆ ਕੇ ਠੀਕ ਹੋ ਗਿਆ। ਇੱਧਰ ਆ ਜਾ, ਮੰਮਾ ਨੇ ਪੂਰੀਆਂ ਟਾਇਲਾਂ ਚਮਕਾ ਦਿੱਤੀਆਂ, ਸਾਈਕਲ ਵੀ ਮੋਟਰਸਾਈਕਲ ਵੀ। ਤੇ ਚਲੋ ਹੁਣ ਚਾਹ ਚੂਹ ਪੀਂਦੇ ਹਾਂ, ਤੁਹਾਨੂੰ ਵੀ ਮਿਲਦੇ ਹਾਂ। ਹੁਣ ਮੈਂ ਦੁੱਧ ਪੀਣ ਲੱਗਾ, ਤੇ ਮੰਮਾ ਤੇ ਚੱਲੇ ਆ ਰੋਟੀ ਤੇ ਆਪਣੀ ਚਾਹ ਲੈ ਕੇ ਉੱਪਰ, ਜੋ ਕਿ ਸਾਰੇ ਉੱਪਰ ਬਹਿ ਗਏ ਆ। ਮੈਂ ਉੱਪਰ ਇਸ ਕਰਕੇ ਆਉਣਾ ਕਿਉਂਕਿ ਮੈਨੂੰ ਧੁੱਪ ਵਧੀਆ ਨਹੀਂ ਲੱਗਦੀ, ਗਰਮੀ ਲੱਗਦੀ ਮੈਨੂੰ, ਤੇ ਮੈਮ ਹੁਣੇ ਵੇਖ ਕੇ ਭੌਂਕਣਾ, ਤੇ ਮੰਮਾ ਨੇ ਕਰਨੀ ਧੁੱਪੇ ਰੈਸਟ, ਹੈ ਨਾ। ਚਲੋ ਅੱਗੇ ਮਿਲਦੇ ਤੁਹਾਨੂੰ। ਰਾਤ ਹੋ ਚੁੱਕੀ ਆ, ਟਾਈਮ ਡਿਨਰ 'ਚ ਕੀ ਬਣਨ ਲੱਗਾ? ਅੱਜ ਡਿਨਰ 'ਚ ਬਣਨ ਲੱਗਿਆ ਚੌਲ। ਅੱਜ ਗਾਇਸ ਬਣਾਉਣ ਡੇ ਨਮਕੀਨ ਚੌਲ, ਕਿਉਂਕਿ ਚਨੇ ਖਾ ਕੇ ਨਾ ਥੋੜ੍ਹਾ ਹੈਵੀ ਹੈਵੀ ਹੋ ਗਿਆ, ਮੈਂ ਤਾਂ ਰੋਟੀ 4 ਵਜੇ ਖਾਧੀ ਸੀ ਅਤੇ ਬਹੁਤ ਭਾਰਾ ਭਾਰਾ ਹੋ ਗਿਆ, ਅਤੇ ਮੈਂ ਕਿਹਾ ਚਲੋ ਚੌਲ ਖਾ ਲੈਂਦੇ ਹਾਂ, ਸਵੇਰੇ ਬਣਾਵਾਂਗੇ ਆਲੂ ਵਾਲੀ, ਸ਼ਾਇਦ ਆਲੂ ਵਾਲੀ ਖਾਵਾਂਗੇ ਸਵੇਰੇ ਅਸੀਂ। ਅਤੇ ਅੱਜ ਮੈਂ ਬੜਾ ਹੀ ਸੋਹਣਾ ਸੋਹਣਾ ਕੰਮ ਕੀਤਾ, ਮਨ ਨੂੰ ਥੋੜ੍ਹਾ ਸਕੂਨ ਮਿਲਦਾ ਜਦੋਂ ਘਰ ਦਾ ਕੰਮ ਆਪਾਂ ਨਿਬੇੜੀਏ ਨਾ, ਮਨ ਨੂੰ ਕੰਮ ਨਹੀਂ ਹੁੰਦਾ ਤੇ ਫਿਰ ਮੈਂ ਬੋਝ ਬਣੇ।
ਇਹ ਵੀ ਗਾਈਸ ਦੱਸਿਓ, ਚੌਲ ਜਦੋਂ ਬਣਾਉਂਦੇ ਹੋ ਤਾਂ ਨਿਊਟਰੀ ਵਗੈਰਾ ਪਾ ਕੇ ਬਣਾਉਂਦੇ ਹੋ? ਲੰਮੇ ਲੰਮੇ ਪਿਆਜ਼, ਨਿਊਟਰੀ ਹੋ ਗਈ, ਚੋਰ ਰੈਡੀ ਹੋ ਚੁੱਕੇ ਆ। ਸਾਡੀ ਐਮੋ ਦੇ ਕੱਢ ਦੀਏ, ਉਹਨੂੰ ਨਾ ਖਵਾਈਏ ਤੇ ਸਾਨੂੰ ਖਾ ਨਹੀਂ ਦਿੰਦਾ। ਪਾ ਦਈਏ ਘਿਓ, ਐਮ ਹੁਣ ਪੱਖੇ ਥੱਲੇ ਰੱਖ ਗਿਆ, ਉੱਥੇ ਪੱਖੇ ਥੱਲੇ ਰੱਖ ਕੇ ਤੁਹਾਨੂੰ ਪਾਇਆ, ਠੰਡੇ ਹੋਣ ਵਾਸਤੇ ਪੱਖੇ ਥੱਲੇ ਰੱਖ ਦੀਆਂ ਮਰਚ। ਚਲੋ ਗਾਇਸ, ਚੋਲ ਠੰਡੇ ਹੋ ਚੁੱਕੇ ਆ, ਟੇਸਟ ਕਰਦੇ ਹੁਣ। ਸਵਾਦ ਬਣੇ, ਮੰਮੀ ਨੂੰ ਕਿਹੜਾ ਧੱਕੇ ਮਾਰ ਲਿਆ ਬਾਹਰ, ਹੈਮੂ ਨੂੰ ਵੀ ਹੋ ਜਾਂਦਾ ਵੀ ਖਾਣ। ਉਹਨੂੰ ਪਹਿਲਾਂ ਰੋਟੀ ਖਵਾਤੀ ਸੀ ਪਰ ਉਹਨੂੰ ਚੌਲਾਂ ਦੀ ਸਮੈਲ ਆਉਣ ਡੀ ਹੈ, ਉਹਨੂੰ ਸਿੱਧਾ ਤਾਂ ਨਹੀਂ ਆਉਣਾ, ਇਸ ਕਰਕੇ ਉਹਨੂੰ ਚੌਲ ਖਾਣ ਚਾਹੀਦੀ ਹੈ, ਫਿਰ ਉਹਨੇ ਜਾਣਾ। ਮੰਮਾ ਚੌਲ ਪਾ ਜਾਂਦੇ ਪੌੜੀ 'ਚ ਤੇ ਭੌਂਕਣ ਲੱਗ ਪਿਆ ਕਿ ਛੇਤੀ ਆ, ਇਹ ਬਹੁਤ ਸਵਾਦ ਚੌਲ ਬਣੇ ਆ। ਤੁਸੀਂ ਚਲੋ, ਤੁਹਾਨੂੰ ਮੈਂ ਚੌਲ ਖਾ ਕੇ ਕੱਲ੍ਹ ਮਿਲਦਾ ਸਵੇਰੇ, ਤੋਂ ਕਿ ਆਪ ਲੋਕ ਹੁਣ ਮੈਂ ਥੋੜ੍ਹਾ ਛੋਟਾ ਬਣਿਆ ਅਤੇ ਕੱਲ੍ਹ ਕੰਟੀਨਿਊ ਕਰੂੰਗਾ। ਥੋੜ੍ਹੀ ਮੇਰੀ ਤਬੀਅਤ ਵੀ ਠੀਕ ਨਹੀਂ ਹੈਗੀ, ਕੱਲ੍ਹ ਆਪਾਂ ਕਿਤੇ ਘੁੰਮਣ ਵੀ ਜਾਣਾ ਵਾ, ਉਹ ਵੀ ਤੁਸੀਂ ਵੇਖਿਓ, ਬੜੀ ਸਪੈਸ਼ਲ ਜਗ੍ਹਾ ਜਾਣਾ ਆਪਾਂ। ਅਤੇ ਚਲੋ ਜੁੜੇ ਰਹੇ ਇਸ ਵਲੋਗ ਦੇ ਨਾਲ, ਕੱਲ੍ਹ ਮਿਲੇ, ਪਰ ਉਹ ਜਿੱਥੇ ਘੁੰਮਣ ਜਾਣਾ ਉਹ ਵਲੋਗ ਵੱਖਰਾ ਆਊਗਾ, ਅਤੇ ਸਵੇਰੇ ਤੁਹਾਨੂੰ ਮਿਲਦੇ ਹਾਂ, ਬਾਏ। ਦੀ ਨੈਕਸਟ ਡੇ, ਸਵੇਰ ਹੋ ਚੁੱਕੀ ਆ, ਸਵੇਰ ਦੇ 9 ਵੱਜ ਗਏ ਨੇ, ਉੱਠ ਕੇ ਨਹਾਉਣ ਆਇਆ ਅਤੇ ਐਮ ਨੂੰ ਵੀ ਘੁਮਾਇਆ, ਜੁਕਾਮ ਮੇਰਾ ਥੋੜ੍ਹਾ ਠੀਕ ਥੋੜ੍ਹਾ ਜਿਹਾ ਹੈਗਾ ਹੈ,
ਅਤੇ ਅੱਜ ਆਪਾਂ ਘੁੰਮਣ ਵੀ ਜਾਣਾ, ਬੜੀ ਸਪੈਸ਼ਲ ਜਗ੍ਹਾ, ਤੁਸੀਂ ਉਹ ਵੇਖਿਓ, ਉਹ ਅਗਲੇ ਬਲੋਗ 'ਚ ਆਊਗੀ, ਆਪ ਲੋਕ ਇੱਥੇ ਹੀ ਐਡ ਕਰ ਦੇਣਾ। ਅਤੇ ਮੰਮਾ ਨੇ ਚਾਹ ਰੈਡੀ ਕਰ ਲਿਓ, ਚਾਹ ਪੀਂਦੇ ਹਾਂ। ਐਮ ਵੱਲ ਵੇਖਿਓ, ਚਾਹ ਪੀਂਦੇ ਹਾਂ। ਅੱਜ ਚਾਹ 'ਚ ਕੀ ਆ? ਅੱਜ ਹੈਗਾ ਆਲ ਭੁਜੀਆ, ਮਟਰ ਨਾਲ ਪਾਰਲੇ ਜੀ ਬਿਸਕੁਟ, ਜਿਹੜੇ ਛੋਟੇ ਹੁੰਦੇ ਖਾਂਦੇ ਸੀ। 50-50 ਬੜੇ ਟੇਸਟ ਲੱਗਦੇ, ਦੁੱਧ ਵਾਲੇ ਲੱਗਦੇ ਨੇ ਬਿਸਕੁਟ। ਅਤੇ ਤੁਹਾਨੂੰ ਖਾ ਕੇ ਮਿਲਦੇ ਹਾਂ ਅੱਗੇ, ਬਾਏ। ਹੈਲੋ ਗਾਇਸ, ਅਤੇ ਹੁਣ ਚਾਹ ਚੂਹ ਪੀਣੀ ਆ, ਹੁਣ ਰੈਸਟ ਕਰਦੇ ਹਾਂ। ਅਤੇ ਮੈਂ ਆਹ ਵਲੋਗ ਇੱਥੇ ਐਂਡ ਕਰਨ ਲੱਗਾ। ਜੇ ਆਹ ਵਲੋਗ ਵਧੀਆ ਲੱਗਾ ਹੋਗਾ ਲਾਈਕ ਅਤੇ ਸਬਸਕ੍ਰਾਈਬ ਕਰ ਦਿਓ। ਮਿਲਦੇ ਤੁਹਾਨੂੰ ਕੱਲ੍ਹ ਨੈਕਸਟ ਵਲੋਗ 'ਚ, ਬਾਏ।